ਹਾਂਜੀ ਸਵਾਗਤ ਹੈ ਤੁਹਾਡਾ ਖਤਰਾ ਐਲਐਸਆਈ ਕੇ YouTube ਚੈਨਲ ਦੇ ਵਿੱਚ ਜਿੱਥੇ ਤੁਸੀਂ ਬਹੁਤ ਕੁਝ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ ਮੌਸਮ ਹੈ ਜਿਹੜਾ ਬਹੁਤ ਜ਼ਿਆਦਾ ਗਰਮ ਹੈਗਾ ਬਹੁਤ ਜ਼ਿਆਦਾ ਹਮਸ ਵਾਲੀ ਗਰਮੀ ਹੋਈ ਪਈ ਹੈ ਤੇ ਬਹੁਤ ਜ਼ਿਆਦਾ ਜਿਹੜੀ ਗਰਮੀ ਵਧ ਰਹੀ ਹੈ ਇਹ ਦਿਨਾਂ 'ਚ ਤੇ ਇਹ ਗਰਮੀ ਹਾਲੇ 2 ਦਿਨ ਹੋਰ ਵਧੂਗੀ ਅੱਜ 2 ਜੁਲਾਈ ਤੇ 3 ਤੇ 4 ਜੁਲਾਈ ਨੂੰ ਵੀ ਲਗਭਗ ਗਰਮੀ ਰਹੂਗੀ 3 ਜੁਲਾਈ ਨੂੰ ਗਰਮੀ ਅੱਜ ਤੋਂ ਵੱਧ ਹੋਊਗੀ ਹੋਰ ਹਮਸਾ ਜਿਹੜੀ ਬਣੀ ਰਹੂ ਪਰ 4 ਜੁਲਾਈ ਤੋਂ ਜਿਹੜਾ ਇੱਕ ਵੈਸਟਰਨ ਡਿਸਟਰਬੈਂਸ ਬਣ ਰਿਹਾ ਬਾਕੀ ਮਾਨਸੂਨ ਦੀ ਜਿਹੜੀ ਗਤੀ ਜਿਹੜੀ ਸੁਸਤ ਹੋ ਰਹੀ ਹੈ ਉਹ ਵੀ ਥੋੜੀ ਤੇਜ਼ ਹੋ ਸਕਦੀ ਹੈ ਤੇ ਟੁੱਟਮਾ ਮੀਂਹ ਜਿਹੜਾ ਅੱਡੋ ਅੱਡ ਜ਼ਿਲ੍ਹਿਆਂ ਦੇ ਵਿੱਚ ਕੁਝ ਕੁ ਏਰੀਆ 20-25% ਏਰੀਆ ਜ਼ਿਲ੍ਹਿਆਂ ਦਾ ਜਿਹੜਾ ਕਵਰ ਹੋ ਸਕਦਾ ਹੈਗਾ 4 ਜੁਲਾਈ ਨੂੰ ਤੇ ਜ਼ਿਆਦਾ ਸੰਭਾਵਨਾ ਨਹੀਂ ਕਿਹੜੇ ਜ਼ਿਲ੍ਹਿਆਂ ਚ ਨਹੀਂ ਜਿਵੇਂ 4 ਤੇ 5 ਜੁਲਾਈ ਨੂੰ ਵੈਸੇ ਤਾਂ ਮੀਂਹ ਦਾ ਦੌਰ ਹੈ ਜਿਹੜਾ ਸ਼ੁਰੂ ਹੋ ਜਾਊਗਾ ਪਰ ਜਿਹੜੇ 4 ਜੁਲਾਈ ਨੂੰ ਮਾਲਵੇ ਦੇ ਜ਼ਿਲ੍ਹੇ ਆ ਜਿਵੇਂ ਮਾਨਸਾ ਬਠਿੰਡਾ ਬਰਨਾਲਾ ਆਦ ਇਹ ਜ਼ਿਲ੍ਹਿਆਂ ਚ ਜਿਹੜੀ ਮੀਂਹ ਦੀ ਸੁਭਾਵਨਾ ਬਹੁਤ ਹਲਕੀ ਹੋਵੇਗੀ ਤੇ ਪਰ ਗਰਮੀ ਥੋੜੀ ਘਟੂਗੀ ਤੇ ਜਿਵੇਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਚ ਇਥੇ ਵੀ ਦਰਮਿਆਨੇ ਤੋਂ ਭਾਰੀ ਹੋ ਸਕਦਾ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਐਸਐਸ ਨਗਰ ਇਨਾਂ ਜਿ ਵੀ ਹਲਕੀ ਬਾਰਿਸ਼ ਦੀ ਸੁਭਾਵਨਾ ਹੈਗੀ ਬਹੁਤ ਘੱਟ ਬਾਰਿਸ਼ ਦੀ ਸੁਭਾਵਨਾ 5 6 ਜੁਲਾਈ ਨੂੰ ਬਾਰਿਸ਼ ਆ ਜਿਹੜੀ ਵੱਲ ਸਕਦੀ ਹੈ ਥੋੜੀ ਬਹੁਤ ਜ਼ਿਲ੍ਹਿਆਂ ਦੇ ਵਿੱਚ ਪਰ ਲਗਭਗ ਜੇ ਦੇਖੀ ਆਪਾਂ 25 ਤੋਂ 50% ਏਰੀਆ ਜਿਹੜਾ ਕਵਰ ਹੋ ਸਕਦਾਗਾ ਜ਼ਿਆਦਾ ਨਹੀਂ ਪਰ ਜਿਹੜੀ ਗਰਮੀ ਦੀ ਗਰਮੀ ਬਹੁਤ ਜ਼ਿਆਦਾ ਵਧੀ ਹੋਈ ਹੈ ਉਹ 4 ਜੁਲਾਈ ਤੋਂ ਸ਼ਾਮ ਤੱਕ ਕੁਝ ਜ਼ਿਲ੍ਹਿਆਂ 'ਚ 5 ਜੁਲਾਈ ਨੂੰ ਗਰਮੀ ਜਿਹੜੀ ਥੋੜੀ ਬਹੁਤ ਘਟ ਜੂਗੀ بارش ਹੈ ਜਿਹੜੀ ਅੱਗੇ ਕੋਈ ਵੱਡੀ ਅਪਡੇਟ ਹੋਈ ਅਸੀਂ ਜ਼ਰੂਰ ਦੱਸਾਂਗੇ ਪਰ بارش ਹਜੇ ਜ਼ਿਆਦਾ ਸਭਾਵਨਾ ਨਹੀਂ ਪੂਰੇ ਪੰਜਾਬ ਦੇ ਵਿੱਚ ਜਿਵੇਂ ਮਾਨਸੂਨ ਵਧੀਆ بارش ਦੀ ਕੋਈ ਹਾਲੇ ਜ਼ਿਆਦਾ ਸਭਾਵਨਾ ਨਹੀਂ ਬਣ ਰਹੀ ਪਰ ਵੀ 5 ਤਰੀਕ ਤੋਂ ਜਿਹੜੀ ਪਤਾ ਲੱਗ ਸਕਦਾ ਵੀ ਮਾਨਸੂਨ ਆ ਜਿਹੜਾ ਉਹਦੀ ਕੀ ਸਥਿਤੀ ਹੈ ਹਜੇ ਸੁਸਤਾ ਕੀ ਥੋੜੀ ਤੇਜ਼ ਹੋ ਰਹੀ ਹੈ ਟੁੱਟ ਮਾਮੀ ਹਾਲੇ ਵੀ ਕੁਝ ਜ਼ਿਲ੍ਹਿਆਂ ਦੇ ਵਿੱਚ ਪੈ ਰਿਹਾ ਕੁਝ ਕੁ ਥਾਵਾਂ ਤੇ ਪੈ ਰਿਹਾ ਪਰ ਉਹਨਾਂ ਨਹੀਂ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਵਰਖਾ ਜਿਹੜੀ ਨਹੀਂ ਹੋ ਰਹੀ ਜਿਸ ਕਾਰਨ ਹਮਸਾ ਜਿਹੜੀ ਬਹੁਤ ਜ਼ਿਆਦਾ ਬਣੀ ਹੋਈ ਹੈ ਬਹੁਤ ਜ਼ਿਆਦਾ ਗਰਮੀ ਹੈ ਬਣੀ ਹੋਈ ਹੈ ਕੋਈ ਵੱਡੀ ਅਪਡੇਟ ਹੋਈ ਤੁਹਾਨੂੰ ਜਰੂਰ ਦੱਸਾਂਗੇ ਪਰ ਤਿੰਨ ਤੋਂ ਬਾਅਦ ਦੇਖੋ 4 5 6 ਜੁਲਾਈ ਨੂੰ ਜਿਹੜੀ ਗਰਮੀ ਹੈ ਥੋੜੀ ਬਹੁਤ ਹੋਰ ਘਟ ਜਾਵੇਗੀ ਘਟੇਗੀ ਤੇ ਮੀਂਹ ਦੀ ਸੁਭਾਵਨਾ ਬਣ ਰਹੀ ਹੈ ਕੋਈ ਵੱਡੀ ਅਪਡੇਟ ਹੋਈ ਜਰੂਰ ਤੁਹਾਨੂੰ ਦੱਸਾਂਗੇ ਵੀਡੀਓ ਚੰਗੀ ਲੱਗੀ ਲਾਈਕ ਜਰੂਰ ਕਰੋ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਗਭਗ ਲੱਖ ਦੇ ਗਰੀਬ ਆਪਣੇ ਸਬਸਕ੍ਰਾਈਬਰ ਹੋਣ ਵਾਲੇ ਨੇ ਤੇ ਹੋਰ ਵੀ ਬਹੁਤ ਸਾਰੀਆਂ ਕੰਮ ਦੀਆਂ ਵੀਡੀਓਸ ਨੇ 5-600 ਵੀਡੀਓ ਅਸੀਂ ਪਾ ਚੁੱਕੇ ਹਾਂ ਏਦੋਂ ਪਹਿਲਾਂ ਉਹ ਤੁਸੀਂ ਦੇਖ ਸਕਦੇ ਹੋ ਵੀਡੀਓ ਚੰਗੀ ਲੱਗੀ ਲਾਈਕ ਜਰੂਰ ਕਰੋ ਸ਼ੇਅਰ ਕਰੋ ਧੰਨਵਾਦ ਜੀ